ਜਗਬੀਰ ਸਿੰਘ ਬਰਾੜ ਨੂੰ ਟਿਕਟ ਇੱਥੋਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਿੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਜਿੱਤ ਸਕਦਾ? ਘੱਟੋ ਘੱਟ 1 ਲੱਖ, ਘੱਟੋ ਘੱਟ 1 ਲੱਖ ਵੋਟ 'ਤੇ ਜਿੱਤੂਗਾ, ਘੱਟੋ ਘੱਟ 1 ਲੱਖ 'ਤੇ। ਇਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ। ਸ਼ੇਰ ਸਿੰਘ ਪਾਇਆ ਤਾਂ ਵਿਚਾਰਾ ਬਹੁਤ ਹੀ ਦੂਰ ਨਿਕਲ ਗਿਆ ਜੀ, ਬਰਾੜ ਸਾਹਿਬ ਦਾ ਕੀ ਮੁਕਾਬਲਾ, ਬਹੁਤ ਅੱਗੇ ਹੈ। Press the bell icon and never miss a video from newsnumber.com। ਜਗਮੀਤ ਸਿੰਘ ਬਰਾੜ ਦੇ ਨਾਲ ਅੱਜ ਤੱਕ ਜੋ ਵਰਕ ਕਰਦੇ ਰਹੇ ਨੇ ਉਹ ਨੇ, ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿੰਨੀ ਕੁ ਉਹਨਾਂ ਨੂੰ, ਉਹਨਾਂ ਦੇ ਮਨ ਦੇ ਵਿੱਚ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣ ਦਾ ਫੈਸਲਾ, ਕਿੰਨਾ ਕੁ ਉਹਨਾਂ ਨੂੰ ਸਹੀ ਲੱਗਿਆ, ਸਰਦਾਰ ਜਗਮੀਤ ਸਿੰਘ ਬਰਾੜ ਦੇ ਨਾਲ ਉਹਨਾਂ ਦੀ ਕਿੱਦਾਂ ਦੀ ਤਾਰ ਜੁੜੀ ਹੋਈ ਆ, ਉਹ ਗੱਲਬਾਤ ਕਰਦੇ ਹਾਂ। ਸਰਦਾਰ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਰਲਨੇ ਜੀ। ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਕਹਿ ਦਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਰੀਅਰ ਖਤਮ ਹੋ ਗਿਆ। ਸਰਦਾਰ ਜਗਮੀਤ ਸਿੰਘ ਬਰਾੜ ਪੂਰੇ ਉੱਚ ਕੋਟੀ ਦੇ ਲੀਡਰ ਰਹੇ ਨੇ, ਹੁਣ ਤੱਕ ਉਹ ਵੀ ਬਹੁਤ ਡਾਊਨ ਹੋ ਗਏ ਸੀ। ਦੁਬਾਰਾ ਇੱਕ ਵੱਡਾ ਅਤੇ ਨਵਾਂ ਫੈਸਲਾ ਕਰਨ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ, ਜਿਹਦਾ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਜਾਂ ਆਮ ਲੋਕਾਂ ਦੇ ਵਿੱਚ ਵਿਰੋਧ ਵੀ ਹੋ ਰਿਹਾ, ਤੁਸੀਂ ਕੀ ਕਹੋਗੇ? ਵੇਖੋ ਜੀ, ਸਾਨੂੰ ਤਾਂ ਅੱਜ ਤੋਂ 2 ਸਾਲ ਪਹਿਲਾਂ ਇਹ ਫੈਸਲਾ ਕਰ ਲੈਣਾ ਚਾਹੀਦਾ ਸੀ। ਸਾਰੇ ਵਰਕਰਾਂ ਨੇ ਕਿਹਾ ਸੀ ਵੀ ਜਿਹੜੀ ਆਪਦੀ ਜੱਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਉਹਦੇ ਵਿੱਚ ਜਾਣਾ ਚਾਹੀਦਾ। ਇਹ ਉਹਨਾਂ ਨੇ ਜੋ ਫੈਸਲਾ ਲਿਆ ਆਪਦਾ ਸਹੀ ਲਿਆ ਜੀ, ਵੀ ਆਪਦੇ ਕੰਨੂ ਕੁਲਾ ਨਹੀਂ ਪੈਣਾ, ਸਾਰੇ ਯਾਰਾਂ ਦੋਸਤਾਂ ਨੂੰ ਮਿਲ ਮਿਲਾ ਕੇ ਪੁੱਛ ਕੇ ਰਾਏ ਕਰਕੇ ਫਿਰ ਫੈਸਲਾ ਦਿੱਤਾ ਉਹਨਾਂ। ਬਹੁਤ ਹੀ ਵਧੀਆ ਫੈਸਲਾ, ਸਾਨੂੰ ਬਹੁਤ ਖੁਸ਼ੀ ਆ ਵੀ ਬਰਾੜ ਸਾਹਿਬ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ। ਕਮੀਆਂ ਪੇਸ਼ੀਆਂ ਨੂੰ ਜਿਹੜਾ ਬੰਦਾ ਉਜਾਗਰ ਕਰਦਾ ਉਹੀ ਸਹੀ ਅੱਜ ਸੱਚ ਦੀ ਆਵਾਜ਼ ਬਣਦਾ। ਇਸੇ ਲਈ ਸ਼ਾਇਦ ਮੈਂ ਸਮਝਦਾ ਕਿ ਇਹਨਾਂ ਨੂੰ ਆਵਾਜ਼ੇ ਪੰਜਾਬ ਦਾ ਖਿਤਾਬ ਜਿਹੜਾ ਦਿੱਤਾ ਗਿਆ ਉਹ ਇਸੇ ਦੀ ਦੇਣ ਆ। ਬਰਾੜ ਸਾਹਿਬ ਹਮੇਸ਼ਾ ਸੱਚੀ ਗੱਲ ਕਰਦੇ ਆ, ਪਾਰਟੀ ਦਾ ਨਹੀਂ, ਪਾਰਟੀ ਦਾ ਉਹ ਹਮੇਸ਼ਾ ਸੱਚੀ ਗੱਲ ਕਰਦੇ ਆ, ਸੱਚ ਦੇ ਨਾਲ ਅਸੀਂ ਖੜੇ ਹਾਂ। ਗੱਲ ਇਹ ਵੀ ਸੱਚ ਘੋੜੇ, ਜਗਮੀਤ ਸਿੰਘ ਬਰਾੜ ਨੇ ਸੱਚ ਦੇ ਪਹਿਰਾ ਦਿੱਤਾ, ਬਿਲਕੁਲ ਸਾਫ਼ ਸੁਥਰਾ ਇਹਨੇ ਜੀਵਨ ਜਿੱਤ ਤੇ ਹੁਣ ਸੀਗਾ, ਸਿਆਸ ਦੇ ਵਿੱਚ ਸਾਰਾ ਪੜ੍ਹਿਆ ਲਿਖਿਆ ਵੀ ਹੈ, ਐਜੂਕੇਟ ਸਾਰਾ ਹੈ, ਸਭ ਇਤਿਹਾਸ ਸਿੱਖ ਦੇ ਮੁਤਾਬਕ ਸਿੱਖੀ ਤਜਰਬਾ ਸਾਰਾ ਪਤਾ ਇਹਨੂੰ, ਪਰ ਇਹਨੂੰ ਚੱਲਣ ਨਹੀਂ ਦਿੱਤਾ ਇਹਨਾਂ ਨੇ। ਇਹ ਤਨਾੜ ਬੰਦੇ ਸੀ, ਦੱਬੀ ਦੁਰੇ ਨੂੰ ਨੱਪੀ ਰੱਖੇ। ਅਤੇ ਸਰ ਜਗਮੀਤ ਸਿੰਘ ਬਰਾੜ ਦਾ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ ਬਹੁਤ ਵੱਡਾ ਯੋਗਦਾਨ ਹੋਊਗਾ। ਸਭ ਤੋਂ ਵੱਡਾ ਕਿਸਾਨਾਂ ਦਾ ਫਾਇਦਾ ਜਗਮੀਤ ਸਿੰਘ ਬਰਾੜ ਨੇ ਕੀਤਾ, ਬਹੁਤ ਲੰਮਾ ਸੰਘਰਸ਼ ਹੈ ਇਹਨਾਂ ਦਾ। ਪਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇੰਨੇ ਲੰਮੇ ਸੰਘਰਸ਼ ਦੇ ਬਾਵਜੂਦ ਬੰਦੇ ਨੇ ਬੇਦਾਗ ਰਹਿਣਾ, ਘੱਟੋ ਘੱਟ 50% ਸਟੈਂਡ ਹੋਰ ਹੋ ਗਿਆ ਅਕਾਲੀ ਦਲ, ਇੰਨਾ ਬਲ ਮਿਲੂਗਾ ਹਿੰਦੁਸਤਾਨ ਲੈਵਲ 'ਤੇ। ਜਗਮੀਤ ਸਿੰਘ ਬਰਾੜ ਦੇ ਬਹੁਤ ਸਮਰਥਕ ਹੈ। ਹਾਂਜੀ, ਬਹੁਤ ਮਜ਼ਬੂਤੀ ਹੋਊਗੀ ਜੀ ਅਕਾਲੀ ਦਲ ਦੇ ਵਿੱਚ, ਵਰਕਰ ਬੜੇ ਨਾਲ ਹੋਣਗੇ ਜੀ, ਹਜੇ ਵੀ ਵਰਕਰ ਦੇ ਪੱਕੇ ਬਹੁਤ ਨਾਲ ਹੈ। ਇੱਥੇ ਬਰਾੜ ਸਾਹਿਬ ਦਾ ਚੰਗਾ ਰੁਤਬਾ ਹੈਗਾ, ਉਦੋਂ ਉਹਨਾਂ ਨੂੰ ਰੁਜ਼ਗਾਰ ਦਵਾਇਆ। ਕਿਸੇ ਵੇਲੇ ਇਹ ਵੀ ਅਕਾਲੀ ਦਲ ਦੇ ਨਾਲ ਹੁੰਦੇ ਸੀ, ਆਪਦੇ ਘਰ ਵਾਪਸੀ ਸਮਝ ਲਓ ਸੀ, ਤਾਂ ਇਹ ਸਮਝਦੇ ਆ। ਬਹੁਤ ਵਧੀਆ ਫੈਸਲਾ ਹੈ, ਇਸ ਸਮੇਂ ਤੋਂ ਪਹਿਲਾਂ ਲੈਂਦੇ ਇਦੋਂ ਵੀ ਬਿਹਤਰ ਸੀ। ਲੱਗਦਾ ਤੁਹਾਨੂੰ ਜਗਬੀਰ ਸਿੰਘ ਬਰਾੜ ਨੂੰ ਟਿਕਟ ਇੱਥੋਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਿੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਜਿੱਤ ਸਕਦਾ, ਜਗਮੀਤ ਸਿੰਘ ਬਰਾੜ ਜਿੱਤਣਗੇ? ਘੱਟੋ ਘੱਟ 1 ਲੱਖ, ਘੱਟੋ ਘੱਟ 1 ਲੱਖ ਵੋਟ 'ਤੇ ਜਿੱਤੂਗਾ, ਘੱਟੋ ਘੱਟ 1 ਲੱਖ 'ਤੇ। ਇਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ। ਸ਼ੇਰ ਸਿੰਘ ਪਾਇਆ ਤਾਂ ਵਿਚਾਰਾ ਬਹੁਤ ਹੀ ਦੂਰ ਨਿਕਲ ਗਿਆ ਜੀ, ਬਰਾੜ ਸਾਹਿਬ ਦਾ ਕੀ ਮੁਕਾਬਲਾ, ਬਹੁਤ ਅੱਗੇ ਹੈ। ਬਹਿਬਲ ਕਲਾ ਕੁੰਡੀ ਖਾਨ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੇ ਜਾ ਕੇ ਸਟੇਜ 'ਤੇ ਬੋਲਿਆ ਕਿ ਇਹ ਬਾਦਲਾਂ ਨੇ ਜਿਨ੍ਹਾਂ ਨੇ, ਹਾਲਾਂਕਿ ਪ੍ਰੂਫ ਵੀ ਨਹੀਂ ਹੋਇਆ ਵੀ ਜਿਨ੍ਹਾਂ ਨੇ ਬੇਅਦਬੀ ਕਰਾਤੀ ਸਿਆਸਤ ਦੇ ਪਿੱਛੇ, ਉਹ ਕਿਹੜੀ ਸਿਆਸਤ ਕਰਨਗੇ, ਉਹ ਦੇਸ਼ ਦਾ ਕੀ ਭਲਾ ਸੋਚ। ਕਾਂਗਰਸ ਨੇ 84 ਵੇਲੇ 600 ਤੋਂ ਵੱਧ ਬੀੜਾਂ ਸਾੜਤੀਆਂ ਸੀਗੀਆਂ, ਅਸੀਂ ਤਾਂ ਵੀ ਕਾਂਗਰਸ ਨਾਲ ਸੀਗਾ। ਵੇਖੋ ਇਹ ਤਾਂ ਇੱਕ ਬੀੜ ਦਾ ਮੁੱਦਾ, ਵੇਖੋ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਪਿਆਰ ਕਰਦੇ ਆ, ਇਹ ਨਹੀਂ ਗੱਲ ਗਈ, ਪਰ ਉਹ ਇੱਕ ਮੁੱਦਾ ਬਣਾ ਲਿਆ, ਹੋਰ ਕੋਈ ਗੱਲ ਨਹੀਂ, ਬਾਤ ਨਹੀਂ। ਕਾਂਗਰਸ 84 ਦਾ ਅਟੈਕ ਹੋ ਕੇ ਹਟਿਆ ਅਤੇ ਲੋਕ ਕਾਂਗਰਸ ਨੂੰ ਜਿਤਾਈ ਜਾਂਦੇ ਸੀਗੇ। ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਗ੍ਰਾਫ ਡਾਊਨ ਨਹੀਂ ਹੋਇਆ। ਜਿਵੇਂ ਕਈ ਲੋਕ ਕਹਿੰਦੇ ਸੀ ਅਕਾਲੀ ਦਲ ਹਾਸ਼ੀਏ 'ਤੇ ਚਲਿਆ ਗਿਆ ਜਾਂ ਜਗਮੀਤ ਸਿੰਘ ਬਰਾੜ ਹਾਸ਼ੀਏ 'ਤੇ ਚਲੇ ਗਏ, ਉਹਨਾਂ ਲਈ ਇੱਕ ਪੰਜਾਬੀ ਦੀ ਕਹਾਵਤ ਢੁੱਕਦੀ ਆ, ਡਾਂਗ ਭਾਵੇਂ ਟੁੱਟ ਵੀ ਜਾਵੇ ਪਰ ਕੁੱਜੇ ਭੰਨਣ ਜੋਗੀ ਰਹਿ ਜਾਂਦੀ ਆ। ਸਰਦਾਰ ਜਗਮੀਤ ਸਿੰਘ ਬਰਾੜ ਨਾਲ ਤੁਸੀਂ ਹੁਣੇ ਜੁੜੇ ਹੋ ਕਿ ਤੁਹਾਡਾ ਪਰਿਵਾਰ ਪਹਿਲਾਂ ਤੋਂ ਜੁੜਿਆ? ਪਹਿਲਾਂ ਸ਼ੁਰੂ ਤੋਂ ਹੀ ਜਗਮੀਤ ਬਰਾੜ ਸਾਹਿਬ ਦੇ ਨਾਲ। ਪੁਰਾਣੇ ਬਰਾੜ ਸਾਹਿਬ ਦੇ ਨਾਲ ਅਸੀਂ ਪਹਿਲਾਂ ਤੋਂ ਲੈ ਕੇ 1992 ਤੋਂ ਲੈ ਕੇ ਜਗਮੀਤ ਸਿੰਘ ਬਰਾੜ ਦੇ ਨਾਲ ਹੈ। ਮੇਰੀ 3rd ਜਨਰੇਸ਼ਨ ਹੈ ਜੀ, ਮੇਰੇ ਦਾਦਾ ਜੀ ਸਰਦਾਰ ਜਗਮੀਤ ਸਿੰਘ ਦੇ ਫਾਦਰ ਸਾਹਿਬ ਦੇ ਨਾਲ ਸੀ, ਫਾਦਰ ਸਾਹਿਬ ਮੇਰੇ ਬਰਾੜ ਸਾਹਿਬ ਦੇ ਨਾਲ ਸੀ। ਇਹ ਪਹਿਲਾਂ ਤੋਂ ਇਹਦੇ ਨਾਲ ਹੈ।
ਇਹ ਭਾਵੇਂ ਕੁਛ ਬਣ ਗਿਆ ਨਾ ਬਣ ਗਿਆ ਦੇ ਨਾਲ ਇਹਦੇ ਮਗਰੀ ਤੁਰੇ ਆਏ, ਪੂਛ ਹੀ ਫੜੀ ਰੱਖੀ ਛੱਡੇ ਨਹੀਂ।